ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਹੁਣੇ ਜਾਣ ਮਹਿਲ ਬਲੌਗਰ ਨੇ ਆਪਣੇ ਯੂਟਿਊਬ ਚੈਨਲ ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਜਿਸਦੇ ਵਿੱਚ ਉੱਪਰ ਲਿਖਿਆ ਗਿਆ ਹੈ ਕਿ ਇਹ ਹੁਣ ਕੁੜੀਆਂ ਤੋਂ ਵੀ ਖਾਂਦੇ ਨੇ ਗਾਲਾਂ, ਜਿੱਥੇ ਕਿ ਫਰੈਸ਼ੀ ਕੈਨੇਡੀਅਨ ਇਟਲੀ ਵਾਲਾ ਅਤੇ ਇੰਦੀ ਜਸਵਾਲ ਦੀ ਫੋਟੋ ਲਾਈ ਗਈ ਹੈਗੀ। ਇਸ ਵੀਡੀਓ ਦੇ ਵਿੱਚ ਕੁੱਲ ਮਿਲਾ ਕੇ ਬਲੌਗਰਾਂ ਨੂੰ ਅਤੇ ਇੰਸਟਾਗ੍ਰਾਮ ਦੇ ਉੱਪਰ ਜੋ ਰੀਲਾਂ ਪਾਉਂਦੀਆਂ ਨੇ ਕੁੜੀਆਂ, ਉਹਨਾਂ ਨੂੰ ਸਪੋਰਟ ਕੀਤੀ ਗਈ ਹੈ ਕਿਉਂਕਿ ਇਹ ਰੋਸਟਰ ਨੇ ਜਿਹੜੇ ਕਿ ਇਹ ਅਕਸਰ ਹੀ ਉਹਨਾਂ ਗਲਤ ਰੀਲ ਬਣਾਉਣ ਵਾਲੀਆਂ ਕੁੜੀਆਂ ਨੂੰ ਰੋਸਟ ਕਰਦੇ ਆ ਜੋ ਸਿਰਫ ਇੱਕ ਵਿਊ ਲੈਣ ਲਈ ਬਹੁਤ ਹੱਦ ਤੱਕ ਗਿਰ ਜਾਂਦੀਆਂ ਨੇ। ਪਹਿਲਾਂ ਤੁਸੀਂ ਇਹ ਛੋਟੀ ਜਿਹੀ ਕਲਿੱਪ ਜ਼ਰੂਰ ਦੇਖੋ। ਕੰਮ ਜਿਹਾ ਚੱਲਿਆ ਹੋਇਆ ਇੱਕ ਪੋਡਕਾਸਟ 'ਚ, ਉਹ ਦੋ ਬੈਠੇ ਆ, ਉਹ ਇੱਧਰ ਦੇ ਬਕਵਾਸ ਜਾ ਕਰੀ ਜਾਂ ਉੱਧਰ ਦੇ ਬਕਵਾਸ ਜਾ ਕਰੀ ਜਾਂਦਾ, ਮੈਨੂੰ ਸਮਝ ਨਹੀਂ ਲੱਗਦੀ ਇਹ ਵੀ ਆਹ ਕਿਆ ਨਵਾਂ ਕੰਮ ਜੀ ਫੜ ਲਿਆ। ਖੜਾ ਮੈਂ ਇੱਕ ਗੱਲ ਕਹਿੰਦਾ ਹੁੰਦਾ, ਇਹ ਤਿੰਨ ਚਾਰ ਜਣੇ ਦਾ ਗਰੁੱਪ ਹੈ, ਬਾਹਰੇ ਬੈਠੇ ਆ, ਸਮਾਜ ਸੇਵੀ ਬਣਦੇ ਜਾਂ ਸਮਾਜ ਦੀ ਸੇਵਾ ਕਰਨ ਦੇ ਇੱਥੇ ਪੰਜਾਬ 'ਚ ਆ ਜਾਓ। ਜਿਹੜੇ ਬੰਦੇ ਦੇਖਦੇ ਉਹਨਾਂ ਨੂੰ ਥੱਲੇ ਕਮੈਂਟ ਕਰੇ ਕਰੋ। ਹਾਂਜੀ, ਤੁਸੀਂ ਕਲਿੱਪ ਤਾਲੀ ਹੋਣੀ ਦੇਖ, ਜਿਹਦੇ ਵਿੱਚ ਉਹ ਕਹਿੰਦਾ ਪਿਆ ਕਿ ਇਹਨਾਂ ਨੂੰ ਇੰਡੀਆ ਆ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਨਾਲ ਦੀ ਨਾਲ ਸੁਰਲੀਨ ਨੂੰ ਸਪੋਰਟ ਕੀਤੀ ਗਈ ਹੈ ਕਿ ਆਪਣੇ ਇੰਟਰਟੇਨਮੈਂਟ ਲਈ ਇਹ ਵੀਡੀਓ ਪਾਉਂਦੀ ਹੈ ਕਿ ਜਿਨ੍ਹਾਂ ਦਾ ਇੰਟਰਸਟ ਹੁੰਦਾ ਉਹੀ ਲੋਕ ਇਹਨਾਂ ਨੂੰ ਦੇਖਦੇ ਨੇ। ਬਾਕੀ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰੋ ਕਿ ਸੁਰਲੀਨ ਵਰਗੀਆਂ ਕਿਵੇਂ ਦੀਆਂ ਵੀਡੀਓ ਪਾਉਂਦੇ ਨੇ, ਸਹੀ ਲੱਗਦੇ ਨੇ ਜਾਂ ਉਹ ਗਲਤ ਨੇ, ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰੋ। ਅਤੇ ਇਸ ਤੋਂ ਬਾਅਦ ਫਰੈਸ਼ੀ ਕੈਨੇਡੀਅਨ ਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਜਿੱਥੇ ਕਿ ਸੁਰਲੀਨ ਅਤੇ ਮਿਤੀ ਕਲੇਅਰ ਦੀ ਇੱਕ ਫੋਟੋ ਲਾਈ ਗਈ ਹੈ। ਜਾਣਮਾਲ ਨੂੰ ਨੀਚੇ ਟੈਗ ਕੀਤਾ ਅਤੇ ਨੀਚੇ ਲਿਖਿਆ ਕਿ ਵੀਡੀਓ 'ਤੇ ਤੂੰ ਪਾ ਦਿੱਤੀ, ਮੈਨੂੰ ਇਹ ਦੱਸ ਮੇਰੇ ਵੀਰ, ਇਹ ਤੇਰੀਆਂ ਭੈਣਾਂ ਬਸ ਰੀਲਾਂ 'ਤੇ ਠੁਮਕੇ ਲਾ ਰਹੀਆਂ ਨੇ, ਜਿਵੇਂ ਤੂੰ ਵੀਡੀਓ ਦੇ ਵਿੱਚ ਦੱਸਿਆ ਹੈ, ਧੱਕੇ ਨਾਲ ਖੁਦ ਕੰਟਰੋਵਰਸੀ ਛੇੜ ਰਿਹਾ ਹੈ, ਤੂੰ ਦੱਸ ਇਹ ਕਰਨਾ ਸਹੀ ਆ ਜਾਂ ਤੂੰ ਹੋਰਾਂ ਨੂੰ ਵੀ ਬਲੌਗ ਦੇ ਵਿੱਚ ਸਲਾਹ ਦਿਆ ਕਰ ਕਿ ਇਹ ਕੁਝ ਕਰ ਲਿਆ ਕਰਨ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਕਿ ਰੋਸਟਰ ਸਹੀ ਨੇ ਜਾਂ ਜਾਣਮਾਲ ਸਹੀ ਆ।